ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਗਿੱਦੜਬਾਹਾ ਦੇ ਪਿੰਡ ਘੱਗਾ ਦੀ ਵੀਰਪਾਲ ਕੌਰ ਚੀਨ ਵਿੱਚ ਹੋਈਆਂ ਪੁਲਿਸ ਖੇਡਾਂ 'ਚ ਦੇਖੋ ਕਿੱਦਾਂ ਚਮਕਾਇਆ ਭਾਰਤ ਦਾ ਨਾਮ, ਉਹ ਵੀ ਵਿਦੇਸ਼ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੋ, ਗਿੱਦੜਬਾਹਾ ਦੇ ਹਲਕਾ ਪਿੰਡ ਘੱਗਾ ਦੀ ਰਹਿਣ ਵਾਲੀ ਵੀਰਪਾਲ ਕੌਰ, ਜੋ ਕਿ ਪੰਜਾਬ ਪੁਲਿਸ ਵਿੱਚ ਬਤੌਰ ਕਾਂਸਟੇਬਲ ਸੇਵਾ ਨਿਭਾ ਰਹੀ ਹੈ, ਜਿਸਨੇ ਖੇਡਾਂ ਦੇ ਖੇਤਰ ਵਿੱਚ ਬਹੁਤ ਨਾਮਣਾ ਖੱਟਿਆ ਹੈ, ਜਿਸਨੇ ਦੁਨੀਆ ਭਰ ਵਿੱਚ ਆਪਣੇ ਪਿੰਡ, ਪੁਲਿਸ ਵਿਭਾਗ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਪੰਜਾਬ ਅਤੇ ਦੇਸ਼ ਦਾ ਮਾਣ ਵਧਾਇਆ ਹੈ। ਬੀਤੇ ਦਿਨੀ ਚੀਨ ਵਿਖੇ ਆਯੋਜਿਤ ਕੀਤੀਆਂ ਗਈਆਂ ਵਿਸ਼ਵ ਪੁਲਿਸ ਗੇਮਾਂ ਦੇ ਵਿੱਚ ਪੰਜਾਬ ਦੀ ਇਸ ਧੀ ਨੇ 2 ਸੋਨੇ ਦੇ ਤਮਗੇ ਅਤੇ 3 ਕਾਂਸੀ ਦੇ ਤਮਗੇ ਜਿੱਤੇ ਹਨ। ਆਪਣੀ ਇਸ ਵੱਡੀ ਪ੍ਰਾਪਤੀ ਤੋਂ ਬਾਅਦ ਅੱਜ ਪਿੰਡ ਘੱਗਾ ਪਹੁੰਚਣ ਤੇ ਜਿੱਥੇ ਪਿੰਡ ਵਾਸੀਆਂ ਅਤੇ ਮਲੋਟ ਤੋਂ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸਰੋਪਾ ਪਾ ਕੇ ਵੀਰਪਾਲ ਕੌਰ ਦਾ ਸਵਾਗਤ ਕੀਤਾ, ਉਸ ਨੂੰ ਸ਼ਾਬਾਸ਼ੀ ਦਿੱਤੀ। ਉੱਥੇ ਹੀ ਪਿੰਡ ਵਾਲਿਆਂ ਵੱਲੋਂ ਵੀ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ। ਉੱਥੇ ਹੀ ਵੀਰਪਾਲ ਦੇ ਪਰਿਵਾਰਕ ਮੈਂਬਰਾਂ ਦੀ ਆਪਣੀ ਬੇਟੀ ਦੀ ਇਸ ਕਾਮਯਾਬੀ ਤੇ ਫੁੱਲੇ ਨਹੀਂ ਸਮਾ ਰਹੇ ਸਨ। ਤੁਹਾਨੂੰ ਦੱਸ ਦਈਏ ਕਿ ਵੀਰਪਾਲ ਕੌਰ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਪ੍ਰਾਪਤ ਕੀਤੀ ਸੀ ਅਤੇ ਫਿਰ 10ਵੀਂ ਦੀ ਪ੍ਰੀਖਿਆ ਮਲੋਟ ਤੋਂ ਅਤੇ 12ਵੀਂ ਦੀ ਪ੍ਰੀਖਿਆ ਪਿੰਡ ਬਾਦਲ ਤੋਂ ਕਰਦੇ ਸਮੇਂ ਹੀ ਰਾਜ ਪੱਧਰ ਤੇ ਹੋਈਆਂ ਖੇਡਾਂ ਦੇ ਵਿੱਚ ਪੰਜਾਬ ਨੂੰ ਪ੍ਰੈਜੈਂਟ ਕਰਦਿਆਂ ਹੋਇਆ 400 ਮੀਟਰ ਦੌੜ ਦੇ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ ਸੀ ਅਤੇ ਇਸ ਉਪਲਬਧੀ ਤੋਂ ਬਾਅਦ ਉਸ ਦੀ ਚੋਣ ਪੰਜਾਬ ਪੁਲਿਸ ਵਿੱਚ ਬਤੌਰ ਕਾਂਸਟੇਬਲ ਹੋ ਗਈ ਸੀ। ਇਸ ਤੋਂ ਬਾਅਦ ਵੀਰਪਾਲ ਕੌਰ ਨੇ ਪਟਿਆਲਾ ਅਤੇ PAP ਜਲੰਧਰ ਵਿਖੇ ਟ੍ਰੇਨਿੰਗ ਹਾਸਲ ਕਰਕੇ ਆਪਣੀ ਖੇਡ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ। ਮੈਡਮ ਪ੍ਰਵੀਨ ਉਹਨਾਂ ਦੀ ਪਹਿਲੀ ਕੋਚ ਸਨ, ਜਦੋਂ ਕਿ ਬਾਅਦ ਵਿੱਚ ਉਹਨਾਂ ਨੂੰ ਪਰਮਿੰਦਰ ਸਿੰਘ ਪਾਸੋਂ ਕੋਚਿੰਗ ਦਵਾਈ ਗਈ ਸੀ, ਜਦਕਿ ਮੌਜੂਦਾ ਸਮੇਂ ਦੌਰਾਨ ਉਹਨਾਂ ਦੀ ਕੋਚ ਸੁਖਵਿੰਦਰ ਕੌਰ ਢਿੱਲੋਂ ਅਤੇ ਕੁਲਜੀਤ ਕੌਰ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਵੀਰਪਾਲ ਕੌਰ ਨੇ ਦੱਸਿਆ ਕਿ ਚੀਨ ਵਿਖੇ ਹੋਈਆਂ ਵਿਸ਼ਵ ਪੁਲਿਸ ਖੇਡਾਂ ਦੇ ਵਿੱਚ ਉਸ ਨੇ 400 ਮੀਟਰ ਰਿਲੇ ਦੌੜ ਦੇ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ ਅਤੇ 100 ਮੀਟਰ ਹਰਡਲ ਦੌੜ ਦੇ ਵਿੱਚ ਆਪਣੇ ਹੀ ਕੋਚ ਦਾ ਰਿਕਾਰਡ ਤੋੜਿਆ ਹੈ ਅਤੇ ਸੋਨੇ ਦਾ ਤਮਗਾ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ 400 ਮੀਟਰ ਹਰਡਲ ਦੇ ਵਿੱਚ ਕਾਂਸੀ ਦਾ ਤਮਗਾ ਅਤੇ ਲੰਮੀ ਛਾਲ ਦੇ ਵਿੱਚ ਕਾਂਸੀ ਦਾ ਤਮਗਾ ਅਤੇ 400 ਮੀਟਰ ਦੌੜ ਦੇ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ। ਵੀਰਪਾਲ ਕੌਰ ਨੇ ਕਿਹਾ ਕਿ ਉਹ ਬਹੁਤ ਹੀ ਛੋਟੇ ਜਿਹੇ ਕਿਸਾਨ ਦੀ ਬੇਟੀ ਹੈ ਅਤੇ ਜੇਕਰ ਮੇਰੇ ਵਰਗੀ ਲੜਕੀ ਨੂੰ ਹੋਰ ਮੌਕੇ ਦਿੱਤੇ ਜਾਣ ਤਾਂ ਉਹ ਵੀ ਮੇਰੇ ਤੋਂ ਵੱਧ ਕਾਮਯਾਬੀ ਹਾਸਲ ਕਰ ਸਕਦੀ ਹੈ। ਇਸ ਮੌਕੇ ਵੀਰਪਾਲ ਕੌਰ ਦੇ ਚਾਚਾ ਜਸਵੰਤ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਪਿੰਡ ਪੱਧਰ ਤੇ ਵਧੀਆ ਸਹੂਲਤਾਂ ਵਾਲੇ ਖੇਡ ਸਟੇਡੀਅਮ ਤਿਆਰ ਕਰਨ ਦੀ ਅਪੀਲ ਕੀਤੀ ਤਾਂ ਜੋ ਪਿੰਡ ਦੀਆਂ ਲੜਕੀਆਂ ਅਤੇ ਲੜਕੇ ਵੀ ਵੀਰਪਾਲ ਦੀ ਤਰ੍ਹਾਂ ਹੀ ਪਿੰਡ, ਜ਼ਿਲ੍ਹਾ, ਪੰਜਾਬ ਅਤੇ ਭਾਰਤ ਦੇਸ਼ ਦਾ ਨਾਮ ਖੇਡਾਂ ਵਿੱਚ ਰੌਸ਼ਨ ਕਰ ਸਕਣ। ਇਸ ਮੌਕੇ ਪਿੰਡ ਦੀ ਸਰਪੰਚ ਦੇ ਲੜਕੇ ਰੁਪਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਭੈਣ ਵੀਰਪਾਲ ਕੌਰ ਨੇ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਪਿੰਡ ਵਿੱਚ ਖੇਡ ਮੈਦਾਨ ਬਣਾਏ ਜਾਣ ਤਾਂ ਜੋ ਨੌਜਵਾਨ ਨਸ਼ਾ ਛੱਡ ਕੇ ਖੇਡਾਂ ਦੇ ਲੜ ਲੱਗਣ ਅਤੇ ਇੱਕ ਚੰਗੀ ਜ਼ਿੰਦਗੀ ਬਤੀਤ ਕਰ ਸਕਣ। ਇਸ ਮੌਕੇ ਤੇ ਮਲੋਟ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਨੇ ਵੀ ਵੀਰਪਾਲ ਕੌਰ ਨੂੰ ਉਸ ਦੀ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਹਰ ਸੰਭਵ ਮਦਦ ਕਰਨ ਦਾ ਵੀ ਭਰੋਸਾ ਜਤਾਇਆ। ਜੀ, ਚਾਈਨਾ ਵਿੱਚ ਇੰਗਟੂ ਗੇਮ ਐਥਲੈਟਿਕਸ ਸੀਗੀ, ਵਰਲਡ ਪੁਲਿਸ ਫਾਇਰ ਗੇਮਸ। ਤੁਸੀਂ ਕਿਹੜੀ ਕਿਹੜੀ ਗੇਮਾਂ ਦੇ ਵਿੱਚ ਭਾਗ ਲਿਆ? ਮੈਂ 400 ਮੀਟਰ ਫਲੈਟ, 400 ਮੀਟਰ ਹਰਡਲਾਂ ਦੇ ਵਿੱਚੋਂ ਅਤੇ ਲੌਂਗ ਜੰਪ ਵਿੱਚ ਬਰਾਊਨ ਮੈਡਲ ਲਿਆ ਅਤੇ 100 ਮੀਟਰ ਹਰਡਲਾਂ ਦੇ ਵਿੱਚ ਗੋਲਡ 'ਤੇ ਰਿਕਾਰਡ ਕੀਤਾ ਅਤੇ 4x4 ਰਿਲੇਅ ਦੇ ਵਿੱਚ ਅਸੀਂ ਗੋਲਡ 'ਤੇ ਰਿਕਾਰਡ ਕੀਤਾ ਸੀ। ਇੱਥੇ ਕਿੰਨੇ ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ? ਇੱਥੇ 20 ਦੇਸ਼ਾਂ ਦੀ ਗੇਮ ਟੀਮਾਂ ਆਈਆਂ ਸੀ। ਮੈਨੂੰ 3 ਬਰਾਊਨ, 2 ਗੋਲਡ ਜੀ, ਵਿਦ ਰਿਕਾਰਡ ਕੀਤਾ ਜੀ। ਅਸੀਂ ਪੰਜਾਬ ਪੁਲਿਸ ਹਾਂ ਜੀ, ਮੇਰਾ ਇੱਥੇ ਪਹੁੰਚਣ ਦਾ ਮੇਰੇ ਕੋਚ ਸਾਹਿਬ,
ਮੇਰੀ ਫੈਮਿਲੀ ਅਤੇ ਆਪਣੇ ਮਨਜੀਤ ਸਿੰਘ ਢੇਸੀ ਜੋ SSP ਸਾਹਿਬ ਨੇ ਉਹਨਾਂ ਦਾ ਬਹੁਤ ਸਹਿਯੋਗ ਮਿਲਿਆ ਮੈਨੂੰ ਅਤੇ ਮੈਂ ਆਪਣੇ ਪਿੰਡ ਵਾਸੀਆਂ ਦਾ ਇਹਨਾਂ ਨੇ ਮੈਨੂੰ ਇੰਨਾ ਵਧੀਆ ਸਨਮਾਨ ਦਿੱਤਾ ਅਤੇ ਆਪਣੇ MLA ਮਨਪ੍ਰੀਤ ਸਿੰਘ ਜੀ ਉਹਨਾਂ ਨੇ ਕੀਮਤੀ ਸਮੇਂ ਵਿੱਚੋਂ ਆਪਣਾ ਸਮਾਂ ਕੱਢ ਕੇ ਇੱਥੇ ਸਾਡੇ ਪਿੰਡ ਪਹੁੰਚੇ ਉਹਨਾਂ ਦਾ ਮੈਂ ਤਹਿ ਦਿਲੋਂ ਬਹੁਤ ਧੰਨਵਾਦ ਕਰਦੀ ਹਾਂ। ਆਪਣੇ ਸਰਪੰਚ ਸਾਹਿਬ ਆਏ ਮੇਰੇ ਪਿੰਡ ਆਉਣ 'ਤੇ ਉਹਨਾਂ ਨੇ ਬਹੁਤ ਮੈਨੂੰ ਸਨਮਾਨ ਦਿੱਤਾ ਅਤੇ ਮੈਂ ਹੋਰ ਛੋਟੇ ਭੈਣ ਭਰਾਵਾਂ ਨੇ ਬਹੁਤ ਸਨਮਾਨ ਦਿੱਤਾ ਅਤੇ ਮੈਂ ਇੰਨਾ ਇਹੀ ਚਾਹੁੰਦੀ ਹਾਂ ਕਿ ਹਰ ਧੀ ਭੈਣ ਨੂੰ ਇੱਦਾਂ ਹੀ ਸਨਮਾਨ ਦਿੱਤਾ ਜਾਵੇ ਤਾਂ ਕਿ ਉਹ ਮੇਰੇ ਵਾਂਗੂ ਅੱਗੇ ਵੱਧ ਸਕਣ ਕਿ ਪਿੱਛੇ ਨਾ ਰਹਿ ਸਕਣ। ਜੋ ਸਾਡੀ ਜਨਰੇਸ਼ਨ ਆ ਨਸ਼ਿਆਂ ਵੱਲ ਜਾ ਰਹੀ ਹੈ ਅਤੇ ਸਾਡੇ ਮਤਲਬ ਇਹਨਾਂ ਨੂੰ ਇਹ ਸਿੱਖਿਆ ਦੇਣਾ ਚਾਹੁੰਦੇ ਹਾਂ ਕਿ ਇਹਨਾਂ ਨੂੰ ਵੀ ਗੇਮਾਂ ਦੇ ਵਿੱਚ ਧਿਆਨ ਦੇਣ ਤਾਂ ਕਿ ਉਹ ਨਸ਼ਿਆਂ ਵਿੱਚੋਂ ਦੂਰ ਹੋ ਸਕਣ। ਮੈਂ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਕੱਕੇ ਪਿੰਡ ਦੀ ਧੀ ਵੀਰਪਾਲ ਕੌਰ ਨੂੰ, ਜਿਨ੍ਹਾਂ ਨੇ ਆਪਦੇ ਪਰਿਵਾਰ ਦਾ, ਆਪਦੇ ਫਾਦਰ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਜੀ ਦਾ, ਸਰਦਾਰ ਜਸਵੰਤ ਸਿੰਘ ਜੀ ਦਾ, ਜੀ ਦਾ ਸਾਰੇ ਨਗਰ ਦਾ ਨਾਂ ਹੈ ਜਿਹੜਾ ਅੱਜ ਦੁਨੀਆ 'ਚ ਦੇਸ਼ ਬਹੁਤ ਉੱਚਾ ਕਰਦਾ ਹੈ। ਟਰੈਕ ਐਂਡ ਫੀਲਡ ਇਵੈਂਟਸ 'ਚ ਇਨਾਮ ਜਿੱਤਣਾ ਕੋਈ ਸੌਖੀ ਗੱਲ ਨਹੀਂ, ਸਾਰੀ ਦੁਨੀਆ ਨਾਲ ਕੰਪੀਟ ਕਰਕੇ ਚਾਈਨਾ 'ਚ ਹੋਈਆਂ ਪੁਲਿਸ ਐਂਡ ਫਾਇਰ ਗੇਮਸ 'ਚ ਇਹਨਾਂ ਨੇ 6 ਚੋਂ 5 ਇਵੈਂਟਾਂ 'ਚ ਮੈਡਲ ਮਿਲੇ ਆ। ਇਹਨਾਂ ਨੂੰ ਬਹੁਤ ਖੁਸ਼ੀ ਅਤੇ ਮਾਣ ਦੀ ਗੱਲ ਹੈ। ਅੱਜ ਹਲਕੇ ਮਲੋਟ ਵਾਸਤੇ, ਸ਼੍ਰੀ ਮੁਕਤਸਰ ਸਾਹਿਬ ਵਾਸਤੇ ਅੱਜ ਇੱਕ ਛੋਟੇ ਜਿਹੇ ਪਿੰਡ ਘੱਗੇ ਦੀ ਧੀ ਨੇ ਬਹੁਤ ਵੱਡਾ ਕੰਮ ਕੀਤਾ ਹੈ। ਪਰਮਾਤਮਾ ਇਹਨੂੰ ਚੜ੍ਹਦੀ ਕਲਾ 'ਚ ਰੱਖੇ, ਇਹਨੂੰ ਹੋਰ ਬਲ ਉਦਮ ਬਖਸ਼ੇ ਵੀ ਇਸੇ ਤਰ੍ਹਾਂ ਆਪਦੇ ਪਰਿਵਾਰ ਦਾ, ਆਪਦੇ ਨਗਰ ਦਾ, ਆਪਦੇ ਇਲਾਕੇ ਦਾ ਨਾਂ ਹੈ ਜਿਹੜਾ ਉਹ ਦੁਨੀਆਂ 'ਚ ਰੋਸ਼ਨ ਕਰਦੀ ਰਹੇ। ਗੁਰਪਿਆਰੇ ਵੀਰਪਾਲ ਕੌਰ ਨੇ ਤਾਂ ਜੋ ਕੀਰਤੀਮਾਨ ਸਥਾਪਿਤ ਕਰਨਾ ਸੀ ਉਹ ਕਰ ਦਿੱਤਾ। ਚੀਨ ਵਿੱਚ ਹੋਈਆਂ ਪੁਲਿਸ ਖੇਡਾਂ ਦੇ ਵਿੱਚ ਉਸਨੇ 2 ਸੋਨੇ ਦੇ ਤਮਗੇ ਅਤੇ 3 ਕਾਂਸੇ ਦੇ ਤਮਗੇ ਹਾਸਿਲ ਕਰਕੇ ਸਾਬਿਤ ਕਰ ਦਿੱਤਾ ਕਿ ਕੁੜੀਆਂ ਕਦੇ ਵੀ ਮੁੰਡਿਆਂ ਤੋਂ ਘੱਟ ਨਹੀਂ ਸੀ। ਤੇ ਇਹ ਸਾਨੂੰ ਵੀ ਕਦੇ ਨਹੀਂ ਭੁੱਲਣਾ ਚਾਹੀਦਾ ਜੋ ਅੱਜ ਵੀ ਇਹ ਸੋਚ ਰੱਖਦੇ ਨੇ ਕਿ ਅਸੀਂ ਧੀਆਂ ਨੂੰ ਬਾਹਰ ਨਹੀਂ ਕੱਢਣਾ, ਧੀਆਂ ਨੂੰ ਖੇਡਾਂ ਵਿੱਚ ਨਹੀਂ ਪਾਉਣਾ। ਉਹ ਇਸ ਧੀ ਨੂੰ ਵੇਖ ਕੇ ਇਹ ਜ਼ਰੂਰ ਸਿੱਖ ਲੈਣ ਕਿ ਇੱਕ ਧੀ ਆਪਣੇ ਦੇਸ਼ ਦਾ, ਆਪਣੇ ਪਰਿਵਾਰ ਦਾ, ਪਿੰਡ ਦਾ ਨਾਮ ਕਿੱਦਾਂ ਰੋਸ਼ਨ ਕਰ ਸਕਦੀ ਹੈ। ਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਧੀਆਂ ਨੂੰ ਅੱਗੇ ਲਿਆਉਣ ਵਾਸਤੇ ਜ਼ਮੀਨੀ ਪੱਧਰ ਦੇ ਉੱਤੇ ਵੀ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾਣ। ਵੀਰਪਾਲ ਦੇ ਪਰਿਵਾਰ ਵੱਲੋਂ ਜੋ ਅਪੀਲ ਕੀਤੀ ਗਈ ਹੈ, ਪਿੰਡ ਵਾਸੀਆਂ ਵੱਲੋਂ ਜੋ ਅਪੀਲ ਕੀਤੀ ਗਈ ਹੈ ਕਿ ਪਿੰਡ ਦੇ ਵਿੱਚ ਵਧੀਆ ਸਟੇਡੀਅਮ ਹੋਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਖੇਡਾਂ ਦੇ ਲੜ ਲੱਗ ਸਕੇ, ਨਸ਼ੇ ਤੋਂ ਛੁਟਕਾਰਾ ਉਹਨਾਂ ਨੂੰ ਮਿਲ ਸਕੇ। ਉਮੀਦ ਕਰਦੇ ਹਾਂ ਕਿ ਇਸ ਵੱਲ ਵੀ ਸਰਕਾਰ ਜ਼ਰੂਰ ਧਿਆਨ ਦੇਵੇਗੀ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।